ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ। ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡਾ, ਆਸਟ੍ਰੇਲੀਆ ਔਰ ਥੋੜ੍ਹੀ ਜਿਹੀ ਗੱਲ ਕਰਾਂਗੇ USA ਦੀ। ਅੱਜ ਥੋੜ੍ਹੇ ਜਿਹੇ ਨਵੇਕਲੇ ਪ੍ਰੋਗਰਾਮ ਨੇ, ਇੱਕ ਤਾਂ ਸੈਮੀਨਾਰ ਕੈਨੇਡਾ ਦਾ ਹੋਰਨ ਜਾ ਰਿਹਾ, ਇੱਕ ਉਹਨਾਂ ਬੱਚਿਆਂ ਦੀ ਗੱਲ ਕਰਾਂਗੇ ਜਿਹੜੇ ਕੈਨੇਡਾ ਸਮਰ ਪ੍ਰੋਗਰਾਮ ਲੈਣਾ ਚਾਹੁੰਦੇ ਨੇ। ਸਮਰ ਪ੍ਰੋਗਰਾਮ ਤੋਂ ਭਾਵ ਹੈ ਹੁਣ ਛੁੱਟੀਆਂ ਆ ਰਹੀਆਂ, ਜਿਹੜੇ ਬੱਚੇ 10 ਸਾਲ ਦੀ ਉਮਰ ਤੋਂ ਲੈ ਕੇ 17 ਸਾਲ ਦੀ ਉਮਰ ਦੇ ਵਿੱਚ ਨੇ, ਸਮਰ ਪ੍ਰੋਗਰਾਮ। ਇਹਨੂੰ ਕੋਈ ਪੱਕਾ ਵੀਜ਼ਾ ਨਹੀਂ ਸਮਝਣਾ, ਇਹ ਕੋਈ ਸਟੱਡੀ ਵੀਜ਼ਾ ਨਹੀਂ ਹੈ, ਇਹ ਕੋਈ ਵਰਕ ਰਾਈਟਸ ਨਹੀਂ। ਜਿਨ੍ਹਾਂ ਦੇ ਮਾਂ ਪਿਓ ਚਾਹੁੰਦੇ ਨੇ, ਜਿਨ੍ਹਾਂ ਕੋਲ ਪੈਸਾ ਹੈਗਾ ਕਿ ਸਮਰ ਪ੍ਰੋਗਰਾਮ ਕੈਨੇਡਾ ਦੇ ਵਿੱਚ ਬੱਚਿਆਂ ਦਾ ਲਵਾਇਆ ਜਾਵੇ, ਉਹ ਜਾ ਸਕਦੇ ਨੇ। ਇਹ ਪ੍ਰੋਗਰਾਮ ਕਿਵੇਂ ਦਾ ਹੈ, ਕੌਣ ਜਾ ਸਕਦਾ, ਕਿੰਨਾ ਖਰਚਾ, ਡਿਟੇਲ ਦੇ ਵਿੱਚ ਅਸੀਂ ਗੱਲ ਕਰਾਂਗੇ। ਉਸ ਤੋਂ ਇਲਾਵਾ ਆਸਟ੍ਰੇਲੀਆ ਬਾਰੇ ਵੀ ਕਾਫੀ ਸਾਰੀਆਂ ਗੱਲਾਂ ਮਤਾਂ ਜਿਹੜੀਆਂ ਹੈਗੀਆਂ ਅਸੀਂ ਕਰਾਂਗੇ। ਵਿਨਾ ਗੋਲ ਜੀ ਮੇਰੇ ਨਾਲ ਨੈਵੀਗੇਟਰ ਤੋਂ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਵਿਨਾ ਜੀ, ਪਹਿਲਾਂ ਤਾਂ ਮੈਂ ਗੱਲ ਕਰੂੰਗਾ ਸੈਮੀਨਾਰਾਂ ਦੇ ਵਿੱਚ, ਤੁਹਾਡੇ ਇਸ ਵਕਤ ਪੰਜਾਬ ਦੇ ਵਿੱਚ ਹੋ ਰਹੇ ਨੇ, ਹਰ ਕੋਈ ਰਿਪ੍ਰੈਜੈਂਟੇਟਿਵ ਨੂੰ ਬੁਲਾ ਕੇ ਆਪਣੇ ਦਫ਼ਤਰ 'ਚ ਜਾਂ ਹੋਟਲ ਬੁੱਕ ਕਰਾ ਕੇ ਬੱਚਿਆਂ ਦੇ ਰੂਬਰੂ ਕਰਦਾ, ਕੀ ਇੱਕ ਬੱਚੇ ਨੂੰ ਅਵੇਅਰਨੈਸ ਲਈ ਸਹੀ ਰਸਤਾ ਹੈ ਜਾਂ ਉਹ ਦਫ਼ਤਰਾਂ ਦੇ ਵਿੱਚ ਹੀ ਆਪਣੀ ਕਾਉਂਸਲਿੰਗ ਕਰਾਵੇ? ਰਣਵੀਰ ਜੀ, ਮੇਰੇ ਖਿਆਲ ਜਦ ਕਾਲਜ ਯੂਨੀਵਰਸਿਟੀ ਆਉਂਦੀ ਹੈ ਤਾਂ ਉਹ ਤਾਂ ਸਹੀ ਰਸਤਾ, ਕਿਉਂਕਿ ਉਹ ਡਾਇਰੈਕਟ ਇਨਫੋਰਮੇਸ਼ਨ ਦੇ ਰਹੇ ਹੈ। ਨੈਚੁਰਲ ਹੈ, ਜਿਹੜੇ ਪੁਰਾਣੇ ਰਿਪਿਊਟਿਡ ਕੰਸਲਟੈਂਟਸ ਹੋ, ਜਿੱਦਾਂ ਸਾਡੇ 18 ਸਾਲ ਤੋਂ ਪੁਰਾਣੀ ਕੰਪਨੀ ਹੈ, ਅਸੀਂ ਤਾਂ ਸਾਰੀ ਇਨਫੋਰਮੇਸ਼ਨ ਦੇ ਹੀ ਰਹੇ ਹਾਂ। ਲੇਕਿਨ ਜਦ ਯੂਨੀਵਰਸਿਟੀ ਜਾਂ ਕਾਲਜ ਆਉਂਦਾ, ਉਹਨਾਂ ਦੇ ਰਿਪ੍ਰੈਜੈਂਟੇਟਿਵ ਆਉਂਦੇ ਆ, ਅਤੇ ਬੱਚਾ ਉਹਨਾਂ ਦੇ ਨਾਲ ਗੱਲਬਾਤ ਕਰਦਾ, ਉਹਨੂੰ ਸ਼ਾਇਦ ਹੋਰ ਜ਼ਿਆਦਾ ਫੈਕਟ ਪਤਾ ਚੱਲਦੇ ਆ, ਉਹਦੀ ਐਲੀਜੀਬਿਲਿਟੀ ਹੈ ਕਿ ਨਹੀਂ ਹੈ, ਉਹ ਕਿਹੜੇ ਏਰੀਆ ਦੇ ਵਿੱਚ ਜਾ ਰਿਹਾ। ਨੈਚੁਰਲ ਇੱਕ ਇੰਟਰਨੈਸ਼ਨਲ ਆਫਿਸਰ ਨਾਲ ਜਦ ਬੱਚਾ ਮਿਲ ਲੈਂਦਾ, ਜਦ ਉੱਥੇ ਪਹੁੰਚਦਾ ਉਸ ਕੰਟਰੀ 'ਚ, ਸਮਝੋ ਕੈਨੇਡਾ ਵਿੱਚ ਬੱਚਾ ਪਹੁੰਚ ਰਿਹਾ, ਤਾਂ ਆਲਰੇਡੀ ਉਹ ਇੰਟਰਨੈਸ਼ਨਲ ਆਫਿਸਰ ਨੂੰ ਜਾਣਦਾ, ਤਾਂ ਉਹਨੂੰ ਥੋੜ੍ਹਾ ਜਿਹਾ ਕੰਫਰਟ ਲੈਵਲ ਫੀਲ ਹੁੰਦਾ ਕਿ ਮੈਂ ਇਸ ਬੰਦੇ ਨਾਲ ਪਹਿਲੇ ਗੱਲ ਕੀਤੀ ਹੋਈ ਹੈ। ਔਰ ਜਦ ਵੀ ਉੱਥੇ ਕੋਈ ਰਹਿਣ ਦਾ ਜਾਂ ਕਿਸੇ ਵੀ ਕਿਸਮ ਦਾ ਕੋਈ ਹੁੰਦਾ, ਉਹ ਉਸ ਬੰਦੇ ਨਾਲ ਡਾਇਰੈਕਟ ਗੱਲ। ਕਿਹੜੀਆਂ ਚੀਜ਼ਾਂ ਜਿਹੜਾ ਕੰਸਲਟੈਂਟ ਛੁਪਾਉਣ ਦੀ ਕੋਸ਼ਿਸ਼ ਕਰਦਾ, ਜਿਹੜੀਆਂ ਡਾਇਰੈਕਟ ਰਿਪ੍ਰੈਜੈਂਟੇਟਿਵ ਨੂੰ ਪੁੱਛ ਲੈਣੀ ਚਾਹੀਦੀਆਂ ਬੱਚਿਆਂ ਨੂੰ? ਆਮ ਤੌਰ 'ਤੇ ਜਿਹੜਾ ਇੱਕ ਅੱਛਾ ਕੰਸਲਟੈਂਟ ਹੋਏਗਾ, ਐਕਸਪੀਰੀਅੰਸ ਕੰਪਨੀ ਹੋਏਗੀ, ਉਹ ਕਦੀ ਵੀ ਕੋਈ ਚੀਜ਼ ਛੁਪਾਏਗੀ ਨਹੀਂ। ਇਹ ਕਿ ਕੰਸਲਟੈਂਟ ਦੇ ਕੋਲ ਬਹੁਤ ਸਾਰੀ ਯੂਨੀਵਰਸਿਟੀਜ਼ ਹੁੰਦੀ ਹੈ, ਬਹੁਤ ਸਾਰੇ ਕਾਲਜਸ ਹੁੰਦੇ ਔਰ ਬਹੁਤ ਸਾਰੇ ਕੰਟਰੀਜ਼ ਹੁੰਦੀਆਂ, ਕਿ ਇੱਕ ਰਿਪ੍ਰੈਜੈਂਟੇਟਿਵ ਜਦ ਆਉਂਦਾ, ਖਾਲੀ ਸਪੈਸੀਫਿਕ ਇੱਕ ਲਈ ਕੰਮ, ਇੱਕ ਪਰਟੀਕੁਲਰ ਕਾਲਜ ਜਾਂ ਯੂਨੀਵਰਸਿਟੀ ਦੀ ਇਨਫੋਰਮੇਸ਼ਨ ਦੇਗਾ, ਪਰਟੀਕੁਲਰ ਪ੍ਰੋਗਰਾਮ ਦੀ ਇਨਫੋਰਮੇਸ਼ਨ ਦੇਗਾ, ਇਹ ਚੀਜ਼ ਹੋ ਜਾਂਦੀ ਹੈ। ਹੁਣ ਅਸੀਂ ਗੱਲ ਕਰ ਲਈਏ ਜੀ 26 ਤਰੀਕ ਦੀ, ਕੀ ਸਪੈਸ਼ਲਾਈਜੇਸ਼ਨ ਰਹੂਗੀ ਤੁਹਾਡੇ ਸੈਮੀਨਾਰ ਦੀ, ਜਿਹੜਾ 26 ਅਪ੍ਰੈਲ ਨੂੰ ਹੋਣ ਜਾ ਰਿਹਾ? ਇਹ ਪ੍ਰੋਵਿੰਸਿਸ ਦੀ ਯੂਨੀਵਰਸਿਟੀਜ਼ ਆ ਰਹੀਆਂ। ਪ੍ਰੋਵਿੰਸਿਸ ਦਾ ਮਤਲਬ ਹੈ, ਤੁਸੀਂ, ਤੁਹਾਨੂੰ ਪਤਾ ਹੀ ਹੋਏਗਾ, ਕੈਨੇਡਾ ਦੇ ਵਿੱਚ ਜਿਹੜੇ ਪ੍ਰੋਵਿੰਸਿਸ ਦੇ ਪ੍ਰੋਗਰਾਮ ਇਸ ਟਾਈਮ ਜ਼ਿਆਦਾ, PNP ਜ਼ਿਆਦਾ ਮਤਲਬ ਮਾਇਨੇ ਰੱਖਦਾ, ਕਿਉਂਕਿ ਬੱਚੇ ਦੀ PR ਦੇ ਵਿੱਚ, ਲਾਸਟ ਪ੍ਰੋਗਰਾਮ 'ਚ ਵੀ ਮੈਂ ਦੱਸਿਆ ਸੀਗਾ, ਸਾਡੇ ਬੱਚੇ ਜਿਹੜੇ 1.5-1.5 ਸਾਲ 'ਚ PR ਹੋ ਗਏ, ਨਹੀਂ ਤਾਂ 1.5 ਸਾਲ 'ਚ ਬੱਚਾ ਪੜ੍ਹ ਕੇ ਵੀ ਨਹੀਂ ਖਤਮ ਕਰਦਾ। ਅਤੇ ਇਸ ਕਰਕੇ ਅਸੀਂ ਪ੍ਰੋਵਿੰਸਿਸ ਵਾਲਿਆਂ ਨੂੰ ਬੁਲਾਇਆ ਹੋਇਆ। ਕਿਹੜੀ-ਕਿਹੜੀ ਪ੍ਰੋਵਿੰਸ ਤੋਂ ਆ ਰਹੇ? ਸਾਡੇ ਨੋਵਾ ਸਕੋਸ਼ੀਆ ਤੋਂ ਆ ਰਹੇ ਆ, ਸਸਕੇਚਵਨ ਤੋਂ ਆ ਰਹੇ ਆ, ਅਲਬਰਟਾ ਤੋਂ ਆ ਰਹੇ ਆ। ਓਕੇ, ਕਿੰਨੇ PNP ਨੇ? ਤਿੰਨੋਂ PNP ਹੈ। ਐਂਡ BC PNP ਦਾ ਸਾਡਾ 7 ਤਰੀਕ ਨੂੰ ਹੋਏਗਾ ਸੈਮੀਨਾਰ, 7 ਮਈ ਨੂੰ ਹੋਏਗਾ। ਇਹ 26 ਤਰੀਕ ਨੂੰ ਹੈ। ਇਹ ਜਿਹੜੀ ਨੋਵਾ ਸਕੋਸ਼ੀਆ, ਸਸਕੇਚਵਨ, ਅਲਬਰਟਾ ਹੈਗੀ ਹੈ, ਇਹ ਇੱਕ ਯੂਨੀਵਰਸਿਟੀਆਂ ਨੂੰ ਸੱਦਾ ਦਿੱਤਾ ਜਾਂ ਕਾਲਜ ਵੀ ਨੇ ਇਹਦੇ ਵਿੱਚ? ਯੂਨੀਵਰਸਿਟੀ ਔਰ ਕਾਲਜਸ ਦੋਨੋਂ ਹੀ ਹੈ। ਇਹਨਾਂ ਦਾ ਇੱਕ ਬੈਨੀਫਿਟ ਹੈ, ਯੂਨੀਵਰਸਿਟੀਜ਼ ਦਾ ਵੀ ਜੋ ਹੈ, ਅਤੇ ਇਹਦੇ ਪ੍ਰੋਗਰਾਮ ਇੱਦਾਂ ਹੁੰਦੇ ਕਿ ਸਮਝੋ ਬੱਚਾ ਡਿਗਰੀ ਪ੍ਰੋਗਰਾਮ 'ਚ ਜਾਣਾ ਚਾਹੁੰਦਾ। ਕੈਨੇਡਾ ਦੇ ਵਿੱਚ ਮੈਕਸੀਮਮ ਡਿਗਰੀ ਪ੍ਰੋਗਰਾਮ 4 ਸਾਲ ਦੇ ਹੁੰਦੇ ਆ, ਪਰ ਇਹ ਯੂਨੀਵਰਸਿਟੀਜ਼ ਦੇ ਵਿੱਚ ਆਲਮੋਸਟ 3 ਸਾਲ ਦੇ। ਔਰ ਜਦ ਬੱਚਾ ਚਾਹੁੰਦਾ ਕਿ ਮੈਂ 2 ਸਾਲ ਦਾ ਡਿਪਲੋਮਾ ਕਰਕੇ ਮੈਂ ਐਗਜ਼ਿਟ ਕਰ ਜਾਵਾਂ, ਮਤਲਬ ਡਿਗਰੀ ਨਾ ਕੰਪਲੀਟ ਕਰਾਂ, ਤਾਂ ਐਗਜ਼ਿਟ ਕਰ ਸਕਦਾ। ਇਹ ਸਾਰੀ ਯੂਨੀਵਰਸਿਟੀਆਂ 'ਚ ਇਹਨਾਂ ਨੇ ਫੈਸਿਲਿਟੀ ਮੈਕਸੀਮਮ ਰੱਖੀ ਹੋਈ ਹੈ, ਕਿਉਂਕਿ ਸਾਡੇ ਕੋਲ ਜਿੱਦਾਂ ਵੈਨਕੂਵਰ ਸਾਈਡ ਵੀ ਹੈ ਔਰ ਇੱਧਰ ਟੋਰਾਂਟੋ ਸਾਈਡ ਵੀ ਯੂਨੀਵਰਸਿਟੀਆਂ, ਉਹਨਾਂ ਨੇ ਵੀ ਇਹ ਆਪਸ਼ਨ ਰੱਖੀ ਹੋਈ ਹੈ ਕਿ ਜੇ ਬੱਚਾ 2 ਸਾਲ ਕੰਪਲੀਟ ਕਰਕੇ, ਉਹਨੂੰ ਲੱਗਦਾ ਨਹੀਂ ਮੈਂ ਹੁਣ 2 ਈਅਰਸ ਕੰਪਲੀਟ ਹੋ ਗਏ, ਮੈਂ ਡਿਪਲੋਮਾ ਲੈ ਕੇ ਆਪਣਾ 3 ਸਾਲ ਦਾ ਵਰਕ ਪਰਮਿਟ ਲੈ ਲਾਂ, ਉਹਨਾਂ ਨੇ ਵੀ ਰੱਖੀ ਹੋਈ ਹੈ। ਪਰ ਇਹਦੇ ਵਿੱਚ ਕੀ ਹੈ ਕਿ ਬੱਚਾ 1 ਸਾਲ ਹੋਰ ਲਗਾ ਕੇ ਉਹਦੇ ਹੱਥ 'ਚ ਡਿਗਰੀ ਆ ਜਾਂਦੀ ਹੈ, ਅਤੇ ਮੈਂ ਤਾਂ ਇਹੀ ਪ੍ਰੈਫਰ ਕਰੂੰਗੀ ਕਿ ਬੱਚਾ ਜਿਹੜਾ ਡਿਗਰੀ ਲੈ ਕੇ ਕੰਪਲੀਟ ਕਰਕੇ ਜਾਏ, ਕਿਉਂਕਿ ਇਹਨਾਂ ਦੇ ਵਿੱਚ ਪ੍ਰੋਗਰਾਮ ਬਹੁਤ ਅੱਛੇ ਹੈ। ਪੈਟਰੋਲੀਅਮ ਇੰਜੀਨੀਅਰਿੰਗ ਹੋ ਗਿਆ ਤੁਹਾਡਾ, ਹੈਵੀ ਮਸ਼ੀਨ ਵਾਲਾ ਹੋ ਗਿਆ, ਇਲੈਕਟ੍ਰੀਕਲ ਹੈਵੀ ਮਸ਼ੀਨ ਇਕਿਪਮੈਂਟ, ਇਹਦੇ ਵਿੱਚ ਕੀ ਹੈ ਜਿਹੜੇ ਪੈਟਰੋਲੀਅਮ ਇੰਡਸਟਰੀ 'ਚ ਹੈਵੀ ਮਸ਼ੀਨਸ ਦਾ ਕੰਮ ਕਰਨਾ ਹੈ ਉਹ ਵਾਲਾ ਹੋ ਜਾਂਦਾ। IT ਪ੍ਰੋਗਰਾਮਸ ਹੈ, ਬਿਜ਼ਨਸ ਪ੍ਰੋਗਰਾਮਸ ਹੈ, ਬਹੁਤ ਅੱਛੇ ਅੱਛੇ ਪ੍ਰੋਗਰਾਮਸ ਹੈ ਜਿਹਦੇ ਵਿੱਚ ਕਿ ਅਲਬਰਟਾ ਦੇ ਇੰਡਸਟਰੀਜ਼ ਆ ਕੇ ਯੂਨੀਵਰਸਿਟੀਜ਼ ਦੇ ਵਿੱਚ ਆਹ ਬੱਚੇ ਦੇ ਇੰਟਰਵਿਊ ਲੈਂਦੀਆਂ, ਬੱਚਿਆਂ ਨੂੰ ਲੈ ਕੇ ਜਾਂਦੀਆਂ, 100% ਪਲੇਸਮੈਂਟ ਰਿਕਾਰਡ ਹੈ ਇਹਨਾਂ ਦਾ। ਅੱਛਾ, ਬਿਨਾਂ ਜੀ ਇੱਕ ਚੀਜ਼ ਦੱਸੋ, ਬਹੁਤ ਸਾਰੇ ਬੱਚਿਆਂ ਨੂੰ PNP ਦੇ ਵਿੱਚ ਐਡਮਿਸ਼ਨ ਨਹੀਂ ਮਿਲਦੀ, ਸੀਟਾਂ ਫੁੱਲ ਹੋ ਗਈਆਂ ਜਾਂ ਰਿਕੁਆਇਰਮੈਂਟ ਪੂਰੀ ਨਹੀਂ ਹੋਈ। ਫੋਰ ਐਗਜ਼ਾਮਪਲ, ਉਹ ਟੋਰਾਂਟੋ ਪੜਿਆ, ਪੜ੍ਹਾਈ ਤੋਂ ਬਾਅਦ ਉਹਨੂੰ ਰਿਸ਼ਤੇਦਾਰ ਜਾਂ ਕੰਸਲਟੈਂਟ ਸਲਾਹ ਦੇ ਦਿੰਦਾ ਜੀ ਤੂੰ ਮੈਨੀਟੋਬਾ ਮੂਵ ਹੋ ਜਾ, ਉੱਥੋਂ ਦੀ ਜਿਹੜੀਆਂ PNP ਦੀਆਂ ਫੈਸਿਲਿਟੀਜ਼ ਲੈ ਲੈ। ਕੀ ਜਿਹੜਾ ਮੈਨੀਟੋਬਾ ਬੱਚਾ ਪੜਿਆ ਔਰ ਟੋਰਾਂਟੋ ਤੋਂ ਪੜ੍ਹ ਕੇ ਗਿਆ, ਦੋਵਾਂ ਨੂੰ ਸੇਮ ਟ੍ਰੀਟਮੈਂਟ? ਨਹੀਂ ਨਹੀਂ, ਬਿਲਕੁਲ ਰਣਵੀਰ ਜੀ ਨਹੀਂ, ਜਿਹੜਾ ਬੱਚਾ ਉੱਥੇ ਪੜਿਆ ਉਹਦਾ ਉਹ ਵੀ ਟਾਈਮ ਕਾਊਂਟ ਹੁੰਦਾ, ਔਰ ਜਿਹੜਾ ਬੱਚਾ ਬਾਹਰ ਤੋਂ ਆਇਆ ਉਹਨੂੰ ਸਮਝੋ ਹੈ ਨਾ 2 ਸਾਲ ਕੰਮ ਕਰਨਾ ਪਏਗਾ, ਉਹਨੂੰ
पीआर मिलेगी। और इधर जो बच्चे ने साल अपनी पढ़ाई कर ली या दो साल पढ़ाई कर ली है, वो कई स्टेट्स के, मैं तुम्हें लास्ट टाइम भी दस्या से 960 आर समझो वो काम करने का पूरा टाइम होंगे जिसके बाद वो पीआर पा सकता है। तो बच्चा पढ़न के टाइम भी जो 20 आवर्स का काम कर रहा है वह 960 आवर्स काउंट होंगे। समझो एक कोर्स है साढ़े को सस्केचुअन जो एक साल का प्रोग्राम है वह 8 महीने कंप्लीट होंगे। दैट मीनस 4 महीने उन्होंने काम करने वास्ते मिल गए और जो 20 आवर्स है वह भी काम वास्ते मिल गया। एक दो महीने होर बचते जिद बच्चा काम करके फाइल लगा देता ता ही साढ़े स्टूडेंट्स की एक डेढ़ साल के अंदर अंदर पी आर हो या कैलकुलेशन। तो फायदा की है जिम्मे टोरंटो छड़ के असं मैनीटोबा चले गए, सस्केचुअन चले गए, बीसी चले गए, वो कोई बेनीफिट होंगे? बेसिकली जो टोरंटो की प्रॉब्लम की आती है कि बच्चे उ पढ़ाई खत्म करने के बाद जॉब नहीं मिलती होनी, जॉब नहीं मिलती है या जड़ी जॉब करनी मैनेजरियल लेवल ते करनी है। हुन जड़ा बच्चा पढ़ के आया एकदम तो मैनेजर बन नहीं सकता, जब मैनेजरियल लेवल ते जॉब नहीं होगी तो उन्होंने पीआर च प्रॉब्लम आएगी। इस करके वो स्टेट च जांदे है, उत्थे खाली तुहाडे कोल जॉब ऑफर लैटर होनी चाहिए। एक प्लस पॉइंट इन्हां दा यह है, चाहे बीसी पीएनपी का प्रोग्राम है चाहे सस्केचुअन दा, खाली यह नहीं कि सेम फील्ड च तुहाडे कोल जॉब होनी चाहिए, जो मर्जी जॉब ऑफर लैटर होए बच्चे को और अपना पीआर दे वास्ते अप्लाई कर सकते। इस वक्त सितंबर लिए कितना समय बचा है क्योंकि प्लस टू का पेपर भी होने हैं, रिजल्ट भी आने वाले हैं। 50-60% कॉलेजेस दी सीट्स खत्म हो गई हैं और शायद बहुत पहले तो उसी क्या सीट, मैं एक सवाल पूछना चाहूंगा, हले प्लस टू का रिजल्ट नहीं आया तो सीट्स की मैं ओवरऑल वर्ल्ड चो लोग ज्यादा उत्थे कनाडा नूं तरजीह दे रहे ने या पंजाब दी एप्लीकेशन ही चली गई है? ओवरऑल वर्ल्ड तो जाई रहे, पंजाब दा सारे नूं पता कि हर कंट्री दे इस टाइम कोई ना कोई प्रॉब्लम चल रही है। यूएस का थोड़ा जा वीजा स्ट्रिक्ट होया सीगा, जबकि जेन्यून बच्चों मिल रहा है, मैं आज भी ये गल कहूँगी। ज एक होंगे ना कि जिदा बहुत सारे वीजा देते, एक जो जेन्यून वीजा मीन जेन्यून वीजा कि बच्चे इंग्लिश ठीक बोलना आनी चाहिए है, फाइनेंशियली वो ठीक होए, और न्यूजीलैंड ने बहुत स्ट्रिक्ट किया होया है, ठीक है, आस्ट्रेलिया एक अच्छे बच्चे लै रहा है, तो इस करके कैनेडा का थोड़ा वीजा सक्सैस रेट ज्यादा, तो नैचुरल है जिदा चीज ज्यादा मिलती हर बच्चा उधर भजदा। खाली इन्हों की रिक्वायरमेंट है 6 बैंड नॉट लैस दैन 5.5, पर साडे कोल कुछ यूनिवर्सिटीज़ हैं जिहड़ी विदाउट आयल्स लै रही हैं, जो बच्चा CBSE तो पढ़िया होया 65% मार्क्स है, तो विदाउट आयल्स मतलब जिहड़े बच्चे हुण प्रोग्राम देख रहे हैं, तुहाडा जिहड़ा क्वेश्चन है कि एग्जाम खत्म हुण होए है, उन्होंने यूनिवर्सिटीज़ दे विच उन्होंने एक वेवर दिता, क्योंकि बच्चा CBSE का बच्चा है, 65% मतलब पढ़न वाला बच्चा है, वो खाली सानू एक लैटर दिंदा कि मैं इंग्लिश मीडियम स्कूल तो पढ़िया, उहदी आयल्स वेवर हो जाती है। यह जिहड़ी कुछ यूनिवर्सिटियां नूं आयल्स चाहीदी है उहदे विच उह इक एक दे विच 5 बैंड भी एक्सेप्ट कर रहे हैं, या ओवरऑल कुछ यूनिवर्सिटी 5.5 ते भी एडमिशन। अच्छा 5 बैंड ते भी ले रहे हैं? एक दे विच इह मॉड्यूल च जा 5 बैंड, 5 बैंड है वह बच्चों की प्रॉब्लम। उसकी परसेंटेज कितनी चाहिए फिर बच्चे की? हर बच्चे की 60% अबव असी परसेंटेज देखते हैं यूनिवर्सिटियां का, जिहड़ा क्राइटेरिया मैंने रख दिया या पर सब्जेक्ट मैंने रख दिया? ऑस्ट्रेलिया का पर सब्जेक्ट, कैनेडा का पर सब्जेक्ट, कॉलेजेस कुछ कॉलेजेस कहते हैं कि, पर उहदे विच भी जो बंदा कंसल्टेंट टैक्निकल उन्हें पता होए, मैं 33% शायद हर प्रोग्राम च मैं दस दी हाँ कि मैथ जिहड़ा मेन है उहदे विच 33% वाले दे मैक्सिमम मैं वीजा लगवाए है। ओके, मतलब ये काम करना आना चाहिए कंसल्टेंट नूं कि कैनेडा की फाइल किदां बनानी है, ये मेन होंगे कि तुसी है ना एक सब्जेक्ट जो मेन सब्जेक्ट इंजीनियरिंग है और उहदे विच मैथ की रिक्वायरमेंट है, और जो तुसी मैथ दे ही 33 नंबर दिखाओगे वीजा नहीं लगेगा। उन्हां दी बेसिकली ओवरऑल रिक्वायरमेंट होंगी है, बच्चे दे नाल काम बहुत करना पैंदा है। कि SOP मैंने रख दी है जो अच्छी प्रोफाइल बन दी, अच्छा हर कंट्री दे विच रणवीर जी SOP एक ऐसा डॉक्यूमेंट है, जो तो कुछ जानता नहीं एप्लीकेशन ऐसी चीज जिहड़ी बच्चे नु प्लस पॉइंट वाल लेके जावे। प्लस पॉइंट वाल ए है कि इन्हां नु ओल्ड फंड नहीं चाहिए इन्हां, लेकिन फाइनेंशियली तो स्ट्रोंग देखदी है, फॉर्म दे विच ते जा ही रहा सारा कुछ कि फैमिली किद्दां दी है, किन्ने सिबलिंग है, वो तो सारा कुछ ही जा रहा, वो तो सारा मायने रखता ही है, हर एम्बेसी दे विच मायने रखता है। बाकी बच्चा जब SOP च सारा कहंदा कि फाइनेंशियली मैं ठीक हाँ, ये है वो है नैचुरल, और बच्चे की इन डेप्थ किन्नी नॉलेज है उहदी सब्जेक्ट दी जी, और किन्ना वो जिहड़ा सब्जेक्ट लैके जा रहा उस सब्जेक्ट दे विच की अचीवमेंट करना चाह रहा है, ये चीज़ां ते मैटर करदी है जी। हुण असीं प्रोग्राम की गल करिए, जिहड़ा तुसीं दस रहे सी कोई स्पैशल प्रोग्राम, जिहड़ा समर कैंप्स जिहड़े लगदे ने इस वक्त कैनेडा दे विच 10 साल तो 17 साल की उम्र दे विच, इह प्राइवेट प्रोजेक्ट है या सरकार वल्लों कोई इनविटेशन? कभी भी कोई भी सरकार वालों कोई इनविटेशन इदा का नहीं होंगे, जिन्हें भी स्कूल्स एंड गवर्नमेंट स्कूल्स होंगे बेसिकली सरकार दे इनविटेशन वाला कि सरकार कह रही है तुसी आ जाओ, ये होंगे गवर्नमेंट स्कूल्स हैं, पायलट प्रोजेक्ट होंगे
ਉਹਦੇ ਵਿੱਚ ਸਕੂਲਸ ਇੱਕ ਅਰੇਂਜ ਕਰਦੇ ਆ ਸਮਝੋ ਆਪਣੇ ਬੱਚੇ ਮੇਰੇ ਖਿਆਲ ਪਿਛਲੇ 9 ਸਾਲ ਤੋਂ ਬਹੁਤ ਬੱਚਾ ਪੰਜਾਬ ਤੋਂ ਕੈਨੇਡਾ ਜਾ ਰਿਹਾ ਠੀਕ ਆ ਇਹ ਛੁੱਟੀਆਂ ਕੱਟਣ ਦਾ ਮਕਸਦ ਹੁੰਦਾ ਹੈ ਐਕਸਚੇਂਜ ਪ੍ਰੋਗਰਾਮ ਕੁਝ ਸਿੱਖਣ ਦਾ ਨਾ ਇਹਦੇ ਵਿੱਚ ਕੀ ਆ ਬੱਚਾ ਛੁੱਟੀਆਂ ਦੇ ਵਿੱਚ ਜਾ ਕੇ ਇਹਨਾਂ ਦਾ ਜਿਹੜਾ ਪ੍ਰੋਗਰਾਮ ਹੈ 2 ਵੀਕਸ ਤੋਂ ਲੈ ਕੇ 4 ਵੀਕਸ ਤੱਕ ਹੈ ਬੱਚਾ ਜਾ ਕੇ ਉੱਥੇ ਕਲਚਰ ਦੇਖ ਸਕਦਾ ਕਿੱਦਾਂ ਦਾ ਹੈ ਮੈਂ ਮੰਨ ਲਓ ਬੱਚਾ ਅਸੀਂ ਰੱਖਿਆ 10 ਤੋਂ 17 ਸਾਲ ਤੱਕ ਦੇ ਬੱਚਿਆਂ ਦਾ ਇਹ ਪ੍ਰੋਗਰਾਮ ਹੈ 10 ਤੋਂ 17 ਸਾਲ ਦੀ ਏਜ ਇੱਕ ਇਦਾਂ ਦੀ ਏਜ ਹੁੰਦੀ ਹੈ ਬੱਚੇ ਦੀ ਕਿ ਜਦ ਉਹ ਬਹੁਤ ਐਕਸਪਲੋਰ ਕਰਨਾ ਚਾਹੁੰਦਾ ਜਿਹੜੀ ਬੜੀ ਹਾਈ ਕਲਾਸ ਫੈਮਿਲੀਜ਼ ਆ ਹਮੇਸ਼ਾ ਚਾਹੁੰਦੀਆਂ ਕਿ ਸਾਡਾ ਬੱਚਾ 2 ਵੀਕਸ 3 ਵੀਕਸ ਵਾਸਤੇ ਬਾਹਰ ਐਬਰਾਡ ਘੁੰਮ ਕੇ ਆਏ ਦੇਖ ਕੇ ਆਏ ਉਹਨਾਂ ਦਾ ਕੀ ਕਲਚਰ ਹੈ ਪਲੱਸ 2 ਕਰਨ ਦੇ ਬਾਅਦ ਜਦ ਉਹ ਮਾਈਂਡ ਮੇਕਅਪ ਕਰੇ ਤਾਂ ਉਹਨੂੰ ਪਤਾ ਹੋਏਗਾ ਉਹ ਕੰਟਰੀ ਕਿੱਦਾਂ ਦੀ ਉਹਨਾਂ ਦੀ ਪੜ੍ਹਾਈ ਕਿੱਦਾਂ ਦੀ ਹੈ ਉਹਦੇ ਵਾਸਤੇ ਉਹ ਬਹੁਤ ਈਜ਼ੀ ਹੋ ਜਾਂਦਾ ਹੈ ਇਹ ਮੈਕਸਿਮਮ ਹਰ ਕੰਟਰੀ ਦਾ ਚੱਲਦਾ ਹੈ ਆਸਟ੍ਰੇਲੀਆ ਦਾ ਵੀ ਚੱਲਦਾ ਹੈ ਨਿਊਜ਼ੀਲੈਂਡ ਕੁਝ ਸਪੈਸੀਫਿਕ ਪਲੇਸਸ ਨੇ ਜਿੱਥੇ ਜਾਏਗਾ ਉਹ ਆਪਣੀ ਮਰਜ਼ੀ ਨਾਲ ਜਾ ਸਕਦੇ ਆਪਾਂ ਨਹੀਂ ਉਹ ਸਪੈਸੀਫਿਕ ਸਕੂਲਸ ਹੈ ਜਿੱਦਾਂ 8 ਸਕੂਲ ਦੇ ਨਾਲ ਸਾਡਾ ਅਟਾਈ ਅਪ ਇਸ ਟਾਈਮ 8 ਸਕੂਲ ਬੱਚਾ ਉੱਥੇ ਜਾ ਕੇ ਕੁਝ ਕਲਾਸਸ ਲਾਏਗਾ 2 ਵੀਕਸ ਦੇ ਵਿੱਚ ਬੱਚਾ ਪਲੇਸਿਸ ਦੇਖੇਗਾ ਕਲਾਸਿਸ ਲਗਾਏਗਾ ਉੱਥੇ ਦਾ ਓਵਰਆਲ ਕਲਚਰ ਦੇਖੇਗਾ ਇਹ ਸਾਰਾ ਉਹਨਾਂ ਦੇ ਟੀਚਰਸ ਹੁੰਦੇ ਆ ਸਾਡੇ ਟੀਚਰਸ ਨਾਲ ਜਾਂਦੇ ਆ ਉਹਨਾਂ ਦੀ ਤਰਫ ਤੋਂ ਹੁਣ ਇਹ ਵੀਜ਼ਾ ਦੀਆਂ ਸ਼ਰਤਾਂ ਕੀ ਨੇ ਜੀ ਵੀਜ਼ਾ ਦਾ ਇਹ ਛੋਟਾ ਪ੍ਰੋਗਰਾਮ ਹੈ ਕੋਈ ਬਹੁਤ ਲੰਬੇ ਫਾਈਨੈਂਸ਼ੀਅਲ ਡਾਕੂਮੈਂਟ ਨਹੀਂ ਚਾਹੀਦੇ ਆ ਲੰਬੇ ਚੌੜੇ ਨੈਚੁਰਲ ਹੈ ਕਿ ਉਹ ਦੇਖਣਗੇ ਬੱਚਾ ਛੋਟਾ ਉਹਦੀ ਰਿਸਪੋਂਸਿਬਿਲਟੀ ਸਕੂਲ ਨੇ ਲਿੱਤੀ ਹੋਈ ਵੀ ਗਵਰਨਮੈਂਟ ਸਕੂਲ ਹੈ ਕਿਉਂਕਿ ਇਹਨਾਂ ਦੀ ਅਕੋਮੋਡੇਸ਼ਨ ਵੀ ਵਿੱਚ ਹੀ ਹੁੰਦੀ ਹੈ ਉਹਨਾਂ ਦੇ ਜਿਹੜੇ ਟੀਚਰਸ ਆ ਅਕੋਮੋਡੇਸ਼ਨ ਆ ਸਾਰਾ ਕੁਝ ਵਿੱਚ ਹੀ ਆ ਤੇ ਵੀਜ਼ਾ ਦੀ ਸ਼ਰਤਾਂ ਕੋਈ ਇਹ ਨਹੀਂ ਕਿ ਉਹ ਕਹਿਣਗੇ ਬੱਚਾ ਨਹੀਂ ਵਾਪਸ ਆਏਗਾ ਕੋਈ ਪ੍ਰੋਬਲਮ ਹੈ ਐਕਸਚੇਂਜ ਇੱਕ ਕਿਸਮ ਨਾਲ ਐਕਸਚੇਂਜ ਪ੍ਰੋਗਰਾਮ ਇਹਨੇ ਛੋਟੇ ਨੂੰ ਸਵਾਲ ਕਾ ਜਾਂਦਾ ਨਾ ਕਿ ਏਅਰਪੋਰਟ ਤੋਂ ਲੈ ਕੇ ਉੱਥੇ ਤੱਕ ਲੈ ਕੇ ਜਾਣਾ ਕਿ ਮਾਂ-ਬਾਪ ਜਾਏਗਾ ਨਾਲ ਸਕੂਲ ਲੈ ਕੇ ਜਾਏਗਾ ਰਿਸਪੋਂਸਿਬਿਲਟੀ ਕਿਹਦੀ ਸਕੂਲ ਦੀ ਰਿਸਪੋਂਸਿਬਿਲਟੀ ਹੈ ਜਿਹੜੀ ਇਹ ਸਕੂਲ ਨੇ ਕੰਪਨੀ ਅਪਾਇੰਟ ਕੀਤੀ ਹੁੰਦੀ ਹੈ ਇਧਰੋਂ ਅਸੀਂ ਅਪਾਇੰਟਡ ਆ ਉਧਰੋਂ ਕੈਨੇਡਾ ਦੇ ਵਿੱਚ ਕੰਪਨੀ ਅਪਾਇੰਟ ਹੁੰਦੀ ਹੈ ਜਿਹੜਾ ਇਹ ਸਾਰਾ ਪ੍ਰੋਗਰਾਮ ਅਰੇਂਜ ਕਰਦੇ ਆ ਉਹਨਾਂ ਦੇ ਬੰਦੇ ਲੈ ਕੇ ਜਾਂਦੇ ਇਹਨਾਂ ਦਾ ਰਹਿਣ ਦਾ ਬਹੁਤ ਸੇਫ ਐਟਮੋਸਫੇਅਰ ਹੁੰਦਾ ਕਿਉਂਕਿ ਬੱਚਿਆਂ ਦਾ ਮਾਮਲਾ ਹੁੰਦਾ ਇਹਨਾਂ ਤੋਂ ਮਤਲਬ ਉੱਥੇ ਦੇ ਜਿਹੜੇ ਸਪੋਰਟਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਕਲਾਸਿਸ ਦੀ ਟੀਚਿੰਗ ਦੀ ਜਾਣਕਾਰੀ ਇਹ ਪਲੱਸ 1 ਤੱਕ ਦਾ ਬੱਚਾ ਜਾ ਸਕਦਾ ਬਿਲਕੁਲ ਜੀ ਪਲੱਸ 1 ਦਾ ਬੱਚਾ 10th ਦਾ ਬੱਚਾ ਜਾਏਗਾ 9th ਦਾ ਬੱਚਾ ਜਾਏਗਾ ਉਹਨੂੰ ਬਹੁਤ ਜ਼ਿਆਦਾ ਬੈਨੀਫਿਟ ਹੈ ਕਿਉਂਕਿ ਸਾਰਾ ਕਲਚਰ ਤੇ ਉਹ ਬੱਚਾ ਉਹੀ ਸਟੇਜ ਆ ਬੱਚੇ ਨੂੰ ਜਿਹੜੀ ਦੇਖਣ ਦੀ ਔਰ ਉੱਥੇ ਸਿੱਖਣ ਦੀ ਜਿਵੇਂ ਆਪਾਂ ਕਹਿੰਦੇ ਨੇ ਕਿ ਸਟ੍ਰੀਮ ਵੀਜ਼ਾ ਦੇ ਵਿੱਚ ਸਟ੍ਰੀਮ ਦਾ ਬੜਾ ਅਸਰ ਹੁੰਦਾ ਕਿ ਮੈਡੀਕਲ ਨਾਨ ਮੈਡੀਕਲ ਇੰਜੀਨੀਅਰ ਵਾਲੇ ਬੱਚਿਆਂ ਦਾ ਜ਼ਿਆਦਾ ਵੀਜ਼ਾ ਲੱਗਦਾ ਹੈ ਜਾਂ ਬੋਰਡਸ ਦਾ ਬੜਾ ਫਰਕ ਹੁੰਦਾ ਹੈ 9th ਔਰ 10th ਜਾਂ 8th ਇਹਨਾਂ ਦੇ ਵਿੱਚ ਤੇ ਸਟ੍ਰੀਮ ਸਾਰੇ ਬੱਚਿਆਂ ਦੀ ਸੇਮ ਹੀ ਉਹ ਸਾਰਾ ਕੁਝ ਸੇਮ ਹੀ ਪੜ ਰਹੇ ਬੋਰਡ ਬੋਰਡ ਦੇ ਵਿੱਚ ਤੇ ਉਹਨੂੰ ਬੱਚਾ ਛੋਟਾ ਹੈ ਹਜੇ ਉਹਨੂੰ ਇੰਨਾ ਜ਼ਿਆਦਾ ਨਹੀਂ ਪਤਾ ਹੈ ਕਿਉਂਕਿ ਬੋਰਡ ਦਾ ਮਤਲਬ ਪਲੱਸ 2 ਦੇ ਬਾਅਦ ਉਹ ਵੀ ਆਸਟ੍ਰੇਲੀਆ ਨੇ ਥੋੜੇ ਜ਼ਿਆਦਾ ਨਖਰੇ ਕੀਤੇ ਬਾਕੀ ਕੈਨੇਡਾ ਦਾ ਤੇ ਉਹ ਵੀ ਕੋਈ ਨਖਰਾ ਨਹੀਂ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਹੜੇ ਬੋਰਡ ਤੇ ਹੈ ਉਹ ਆਸਟ੍ਰੇਲੀਆ ਦੇ ਵਿੱਚ ਹੈ ਕਿ ਯੂਨੀਵਰਸਿਟੀਆਂ ਨੂੰ ਵੀ ਉਹਨਾਂ ਨੇ ਕੈਟੇਗਰਾਈਜ਼ ਕੀਤਾ ਹੋਇਆ ਕੈਨੇਡਾ ਦੇ ਵਿੱਚ ਤੇ ਕੋਈ ਯੂਨੀਵਰਸਿਟੀ ਵੀ ਕੈਟੇਗਰਾਈਜ਼ ਨਹੀਂ ਹੈ ਕਿੰਨੇ ਟਾਈਮ ਦਾ ਵੀਜ਼ਾ ਲੱਗ ਸਕਦਾ ਜੀ ਬੱਚੇ ਦਾ ਦੇਖੋ ਜਿਹੜਾ ਕੋਈ ਵੀ ਮਿਨੀਮਮ ਵੀਜ਼ਾ ਹੈ ਕੈਨੇਡਾ ਦਾ ਉਹ 6 ਮੰਥ ਦਾ ਲੱਗਦਾ ਹੀ ਲੱਗਦਾ ਹੈ ਚਾਹੇ 2 ਵੀਕਸ ਦਾ ਪ੍ਰੋਗਰਾਮ ਆਏ ਚਾਹੇ 4 ਵੀਕਸ ਦਾ ਪ੍ਰੋਗਰਾਮ ਆਏ ਵੀਜ਼ਾ ਜਿਹੜਾ 6 ਮੰਥ ਦਾ ਹੁੰਦਾ ਇਹ ਵਾਕਈ ਇੱਕ ਬੱਚਿਆਂ ਲਈ ਲਾਹੇਵੰਦ ਪ੍ਰੋਗਰਾਮ ਹੋਏਗਾ ਜਾਂ ਸਕੂਲਿੰਗ ਵੀਜ਼ੇ ਦੀ ਤਰ੍ਹਾਂ ਇਹ ਮੈਕਸਿਮਮ ਹੋਣ ਕੇ ਬੱਚੇ ਰਣਵੀਰ ਜੀ ਮੇਰੇ ਖਿਆਲ ਲਈ ਪ੍ਰੋਗਰਾਮ ਟਾਈਮ ਟੂ ਟਾਈਮ ਜਿਹੜੇ ਬਹੁਤ ਅੱਛੇ ਸਿਟੀ ਦੇ ਸਕੂਲਸ ਉਧਰ ਤੇ ਅਸੀਂ ਚਲਾਉਂਦੇ ਹੀ ਰਹਿੰਦੇ ਆ ਪਰ ਉਸ ਪ੍ਰੋਗਰਾਮ ਦਾ ਮੇਰੇ ਆਪਣੇ ਵੀ ਬੱਚੇ ਗਏ ਹੋਏ ਆ ਤੇ ਇਹ ਪ੍ਰੋਗਰਾਮ ਹਮੇਸ਼ਾ ਯੂਐਸ ਦਾ ਬਹੁਤ ਲੱਗਦਾ ਹੁੰਦਾ ਬੱਚਿਆਂ ਦਾ ਉਸ ਪ੍ਰੋਗਰਾਮ 'ਚ ਬਹੁਤ ਹਿੱਸਾ ਬਣਦੇ ਆ ਔਰ ਕੈਨੇਡਾ ਦਾ ਸਾਨੂੰ ਮੌਕਾ ਮਿਲਿਆ ਤੇ ਅਸੀਂ ਬੱਚਿਆਂ ਤੱਕ ਇਹ ਗੱਲ ਪਹੁੰਚਾਈ ਆ ਮਤਲਬ ਇਹਦੇ ਵਿੱਚ ਬੱਚਾ ਜਿਹੜਾ ਆ ਕੁਝ ਸਿੱਖ ਕੇ ਆਏਗਾ ਕੁਝ ਕਰਕੇ ਆਏਗਾ ਔਰ ਉਹਦੇ ਬਾਅਦ ਜਦ ਬੱਚੇ ਦੀ ਆਪਣੀ ਪਰਸਨੈਲਿਟੀ ਹੁੰਦੀ ਹੈ ਜਦ ਓਵਰਆਲ ਇੱਥੋਂ ਤੁਸੀਂ ਇੱਕ ਸਟੇਟ ਤੋਂ ਦੂਜੀ ਸਟੇਟ ਬੱਚੇ ਨੂੰ ਘੁਮਾ ਦਿਓ ਆਪਣੀ ਪਿਕਨਿਕ ਕਰਨ ਜਾਂਦੇ ਆ ਜਾਂ ਉਹਦੇ ਵਿੱਚ ਬੱਚੇ ਦੀ ਪਰਸਨੈਲਿਟੀ ਵਿੱਚ ਚੇਂਜ ਹੁੰਦਾ ਜਦ ਇੰਟਰਨੈਸ਼ਨਲੀ ਘੁੰਮ ਕੇ ਆਉਂਦਾ ਤਾਂ ਨੈਚੁਰਲ ਆ ਉਹਦੀ ਓਵਰਆਲ ਉਹ ਕਹਿੰਦਾ ਮੰਮਾ ਮੈਨੇ ਇਹ ਦੇਖਾ ਉਹ ਦੇਖਾ ਨਾ ਚ ਉਹਦੀ ਓਵਰਆਲ ਪਰਸਨੈਲਿਟੀ ਔਰ ਉਹਦੀ ਲਰਨਿੰਗ 'ਚ ਬਹੁਤ ਫਰਕ ਹੁੰਦਾ ਦੋ ਸਵਾਲ ਪੁੱਛੂਗਾ ਜੀ ਇੰਪੋਰਟੈਂਟ ਇਸ ਵਕਤ ਤੁਸੀਂ 12 ਮਈ ਨੂੰ ਇੱਕ ਯੂਐਸਏ ਦਾ ਫੇਅਰ ਕਰਨ ਜਾ ਰਹੇ ਹੋ ਭਲੇ ਹਲੇ ਕਾਫੀ ਦੂਰ ਹੈ ਇਹਨੂੰ ਅਸੀਂ ਕੋਈ ਪ੍ਰਮੋਟ ਨਹੀਂ ਕਰ ਰਹੇ ਬਟ ਮੈਂ ਉਹਨਾਂ ਬੱਚਿਆਂ ਲਈ ਪੁੱਛਣਾ ਚਾਹ ਰਿਹਾ ਕਿ ਜਿਨ੍ਹਾਂ ਨੇ ਪਲੱਸ 2 ਤੋਂ ਬਾਅਦ ਯੂਐਸਏ ਜਾਣਾ ਉਹਨਾਂ ਨੂੰ ਅਟੈਂਡ ਕਰਨਾ ਚਾਹੀਦਾ ਇਹ ਸੈਮੀਨਾਰ ਬਿਲਕੁਲ ਜੀ ਬ੍ਰੈਂਟ ਸਮੋਕਰ ਆਪ ਆ ਰਹੇ ਆ ਨਬਰਾਸਕਾ ਯੂਨੀਵਰਸਿਟੀ ਤੋਂ ਉਸ ਦਿਨ ਔਰ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਫੀ ਆ ਉਹ ਵੇਵਰ ਹੈ ਔਰ ਇਸ ਟਾਈਮ ਪਲੱਸ ਪੁਆਇੰਟ ਕੀ ਹੈ ਨਬਰਾਸਕਾ ਯੂਨੀਵਰਸਿਟੀ ਨੇ ਪਾਇਲਟ ਪ੍ਰੋਜੈਕਟ ਚਲਾਇਆ ਹੈ ਜਿਹਦੇ ਵਿੱਚ ਕਿ ਜਿਹੜੇ ਬੱਚਿਆਂ ਦੇ 60% ਐਂਡ ਅਬਵ ਹੈ ਮੰਨ ਲਓ 80% 100% ਤੱਕ ਸਕਾਲਰਸ਼ਿਪ ਮਿਲ ਰਹੀ ਹੈ ਉਹਨਾਂ ਨੂੰ ਐਂਡ 70% ਐਂਡ ਅਬਵ ਹੈ ਸ਼ਾਇਦ 60% 50% ਸਕਾਲਰਸ਼ਿਪ ਹੈ ਅਗਰ ਯੂਨੀਵਰਸਿਟੀ ਦੀ ਫੀਸ $22,000 ਹੈ ਰਾਈਟ
और ਉਹਨੂੰ $10,000 ਵੀ ਸਕਾਲਰਸ਼ਿਪ ਮਿਲਦੀ ਹੈ ਤਾਂ $12,000 ਰਹਿ ਗਿਆ ਜਦਕਿ $12,000 ਇੱਕ ਛੋਟਾ ਕਾਲਜ ਵੀ ਨਹੀਂ ਲੈ ਸਕਦਾ ਤੁਸੀਂ ਇੱਕ ਹਾਈ ਰੈਂਕਿੰਗ ਯੂਨੀਵਰਸਿਟੀ ਚ ਪੜ੍ਹ ਰਹੇ ਹੋ ਜਿਨ੍ਹਾਂ ਦੀ ਖਾਲੀ ਆਇਲਟਸ ਰਿਕੁਆਇਰਮੈਂਟ ਹੈ 6 ਬੈਂਡ ਨਥਿੰਗ ਕੋਈ 60% ਮਾਰਕਸ ਹੋਣੇ ਚਾਹੀਦੇ ਮਿਨੀਮਮ ਲੇਕਿਨ ਸਕਾਲਰਸ਼ਿਪ ਦੇ ਵਾਸਤੇ ਤੁਹਾਡੀ ਪਰਸੈਂਟੇਜ ਅੱਛੀ ਹੋਏਗੀ ਤੇ 100% ਸਕਾਲਰਸ਼ਿਪ ਤੱਕ ਬੱਚਾ ਜਾ ਸਕਦਾ ਹੈ ਜੇ ਬੱਚਾ 100% ਸਕਾਲਰਸ਼ਿਪ 'ਚ ਚਲਾ ਗਿਆ ਤਾਂ ਬੱਚੇ ਦੀ ਟੋਟਲ ਫਰੀ ਐਜੂਕੇਸ਼ਨ ਹੋ ਜਾਂਦੀ ਹੈ ਔਰ ਜੇ 60% 50% 'ਚ ਵੀ ਆ ਜਾਂਦਾ ਤਾਂ ਬੱਚੇ ਦੀ ਮੇਰੇ ਖਿਆਲ ਤੁਹਾਡੇ 15-20 ਲੱਖ 'ਚ ਟੋਟਲ 4 ਸਾਲ ਦੀ ਐਜੂਕੇਸ਼ਨ ਹੋ ਜਾਂਦੀ ਮੈਮ ਇਸ ਵਕਤ ਤੁਸੀਂ ਦਿੱਲੀ ਵੀ ਆਫਿਸ ਖੋਲਿਆ ਦਿੱਲੀ ਵਾਲੇ ਬੱਚੇ ਵੀ ਕਾਫੀ ਵੱਡੀ ਤਾਦਾਦ 'ਚ ਪੰਜਾਬ ਤੋਂ ਹੀ ਕੰਸਲਟੈਂਸੀ ਲੈਣ ਆਉਂਦੇ ਸੀਗੇ ਬਿਲਕੁਲ ਹੁਣ ਕਿਸ ਤਰ੍ਹਾਂ ਦੀਆਂ ਸਰਵਿਸਿਸ ਜਿਹੜੀਆਂ ਨੈਵੀਗੇਟਰ ਦਿੱਲੀ ਦੇ ਟੋਟਲ ਪੂਰਾ ਡੈਡੀਕੇਟਿਡ ਆਫਿਸ ਦਿੱਲੀ ਮੈਂ ਆਪ ਉੱਥੇ ਹਫਤੇ ਦੇ ਵਿੱਚ 2-3 ਦਿਨ ਬੈਠਦੀ ਹਾਂ ਫਰਾਈਡੇ ਸੈਟਰਡੇ ਮੈਕਸੀਮਮ ਉੱਧਰ ਹੀ ਹੁੰਦੀ ਹਾਂ ਮੈਂ ਦਿੱਲੀ ਆਫਿਸ ਅਰ ਕਿ ਮੈਂ ਸੈਟਰਡੇ ਮੰਡੇ ਉੱਧਰ ਹੋਊਂਗੀ ਅਤੇ ਕਿਉਂਕਿ ਬੱਚਿਆਂ ਦਾ ਇਹ ਕਿ ਦਿੱਲੀ ਤੋਂ ਇੱਧਰ ਆਉਣਾ ਅਤੇ ਉਸਦੇ ਅਸੀਂ ਫੈਸਿਲਿਟੀ ਵਾਸਤੇ ਕਿਉਂਕਿ ਦਿੱਲੀ ਦਾ ਆਪਣੇ ਆਪ 'ਚ ਇੱਕ ਬਹੁਤ ਬੜਾ ਮਾਰਕੀਟ ਹੈ ਔਰ 1.5 ਕਰੋੜ ਦੀ ਪਾਪੂਲੇਸ਼ਨ ਆਪਣੇ ਪੂਰੇ ਪੰਜਾਬ ਦੀ 2 ਕਰੋੜ ਦੀ ਪਾਪੂਲੇਸ਼ਨ ਔਰ ਇੱਕ ਦਿੱਲੀ ਦੀ ਥੱਲੇ ਜਿਹੜੀ ਹੈ 1.5 ਕਰੋੜ ਦੀ ਪਾਪੂਲੇਸ਼ਨ ਹੈ ਬੱਚਿਆਂ ਨੂੰ ਪ੍ਰੋਬਲਮਸ ਆ ਰਹੀਆਂ ਸੀਗੀਆਂ ਕਿਉਂਕਿ ਜੈਨੂਇਨ ਕੰਸਲਟੈਂਸੀ ਹਰ ਬੱਚਾ ਦੇਖਦਾ ਅਤੇ ਕਿਉਂਕਿ ਨੈਵੀਗੇਟਰ ਦਾ ਇੱਕ ਆਪਣਾ ਨਾਮ ਹੈ 18 ਸਾਲ ਪੁਰਾਣੀ ਕੰਸਲਟੈਂਸੀ ਹੈ ਬੱਚਾ ਬਹੁਤ ਆਉਂਦਾ ਸੀ ਇਸ ਕਰਕੇ ਅਸੀਂ ਉੱਥੇ ਰਜਿੰਦਰਾ ਪਲੇਸ ਦੇ ਵਿੱਚ ਦਿੱਲੀ ਦੇ ਵਿੱਚ ਉਹ ਬਹੁਤ ਸੈਂਟਰਲੀ ਲੋਕੇਸ਼ਨ ਹੈ ਉੱਥੇ ਅਸੀਂ ਇੱਕ ਸਵਾਲ ਆਸਟ੍ਰੇਲੀਆ ਔਰ ਕੈਨੇਡਾ ਜਿਨ੍ਹਾਂ ਦੇ ਬੱਚੇ ਬੈਠੇ ਨੇ ਜਿਨ੍ਹਾਂ ਦੇ ਮਾਂ ਬਾਪ ਨੇ ਜਾਣਾ ਕਿੰਨਾ ਕੁ ਸੌਖਾ ਵੀਜ਼ਾ ਹੈ ਕੀ ਕੀ ਡਾਕੂਮੈਂਟ ਨਾਲ ਲੱਗਦਾ ਹੈ ਇਸੇ ਵੀਜ਼ੇ ਦੇ ਨਾਮ 'ਤੇ ਅੱਜ ਪੰਜਾਬ ਦੇ ਵਿੱਚ ਲੱਖਾਂ ਰੁਪਏ ਲੁੱਟ ਲਏ ਜਾਂਦੇ ਨੇ ਕੀ ਨੈਵੀਗੇਟਰ ਗਏ ਹੋਏ ਬੱਚਿਆਂ ਦੇ ਮਾਂ ਬਾਪ ਨੂੰ ਸਰਵਿਸਿਸ ਪ੍ਰੋਵਾਈਡ ਕਰਵਾ ਰਿਹਾ ਦੇਖੋ ਜਿਹੜੇ ਬੱਚੇ ਕੈਨੇਡਾ ਗਏ ਜਾਂ ਆਸਟ੍ਰੇਲੀਆ ਗਏ ਉਹਨਾਂ ਨੂੰ ਬਹੁਤ ਮਿਨੀਮਮ ਰੇਟ ਕੰਸਲਟੈਂਸੀ ਦੇ ਵਿੱਚ ਅਸੀਂ ਮਿਨੀਮਮ ਅਸੀਂ ਸ਼ਾਇਦ ਪੇਪਰ ਵਰਕ ਦਾ ਹੀ ਖਰਚਾ ਲੈਂਦੇ ਹਾਂ ਆਪਣਾ ਸਟੇਸ਼ਨਰੀ ਦਾ ਔਰ ਉਹਨਾਂ ਦੇ 100% ਵੀਜ਼ੇ ਅਸੀਂ ਲੈ ਕੇ ਦਿੱਤੇ ਆ ਪੇਰੈਂਟਸ ਦੇ ਟੂਰਿਸਟ ਵੀਜ਼ਾ ਕੈਟਾਗਰੀ ਵਿੱਚ ਆਉਂਦੇ ਆ ਉਹਨਾਂ ਦਾ ਕੋਈ ਇੰਨਾ ਕੋਈ ਲੰਬਾ ਚੌੜਾ ਨਹੀਂ ਹੁੰਦਾ ਕਿਉਂਕਿ ਕੰਸਲਟੈਂਟ ਕਿੱਦਾਂ ਦਾ ਉਹਦਾ ਕਿੰਨਾ ਐਕਸਪੀਰੀਅੰਸ ਹੈ ਇਹ ਤੁਹਾਡਾ ਮੈਟਰ ਕਰਦਾ ਹੈ ਬਾਰ ਬਾਰ ਮੈਂ ਇਹ ਗੱਲ ਕਹਿਣਾ ਚਾਹੂੰਗੀ ਕਿ ਕੰਸਲਟੈਂਟ ਅੱਛਾ ਹੋਏ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਹੁਣ ਵੀ ਬੱਚੇ ਮੇਰੇ ਖਿਆਲ ਪਿਛਲਾ ਇਨਟੇਕ ਕਿਹੜਾ ਗਿਆ ਆਸਟ੍ਰੇਲੀਆ ਦਾ ਫਰਵਰੀ ਇਨਟੇਕ ਦਾ ਫਰਵਰੀ ਇਨਟੇਕ ਦੇ ਪੇਰੈਂਟਸ ਦੇ ਵੀਜ਼ੇ ਸਾਡੇ ਪਰਸੋਂ ਆ ਚੁੱਕੇ ਆ ਕਿਉਂਕਿ ਪੇਰੈਂਟਸ ਨੇ ਜਲਦੀ ਲਾ ਸਕਦਾ ਮਾਂ ਪਿਓ ਹਾਂ ਬਿਲਕੁਲ ਜੀ ਅਸੀਂ ਤੇ ਨਾਲ ਦੀ ਨਾਲ ਅਸੀਂ ਕਹਿੰਦੇ ਆ ਤੁਸੀਂ ਲਗਵਾਓ ਬੱਚੇ ਦਾ ਵੀਜ਼ਾ ਜੇ ਜਾਣਾ ਚਾਹੁੰਦੇ ਹੋ ਕੈਨੇਡਾ ਵੀ ਐਵੇਂ ਹੀ ਹੈ ਕੈਨੇਡਾ ਵੀ ਇਦਾਂ ਹੀ ਹੈ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਬੱਚਾ ਚਲਿਆ ਗਿਆ ਬੱਚਾ ਕਈ ਵਾਰੀ ਕਿਉਂਕਿ ਜਦ ਬੱਚਾ ਜਾਂਦਾ ਉਸ ਟਾਈਮ ਉਹਨੂੰ ਇਹ ਹੁੰਦਾ ਕਿ ਮੈਂ ਪੇਰੈਂਟਸ ਜੇ ਆ ਜਾਂਦੇ ਉਸ ਟਾਈਮ ਥੋੜਾ ਜਿਹਾ ਹੋਮਸਿਕ ਵੀ ਹੁੰਦਾ ਔਰ ਮਦਰ ਨੂੰ ਅਕਸਰ ਹਰ ਬੱਚਾ ਮਿਸ ਕਰਦਾ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਜਦ ਬੱਚਾ ਜਾਂਦਾ ਤੇ ਪੇਰੈਂਟਸ ਇੱਕ ਵਾਰੀ ਜ਼ਰੂਰ ਮਿਲਣ ਜਾਣ ਕਿਉਂਕਿ ਬੱਚੇ ਪੇਰੈਂਟਸ ਦੇ ਦਿਮਾਗ 'ਚ ਵੀ ਹੁੰਦਾ ਕਿ ਬੱਚਾ ਸਾਡਾ ਇੰਡੀਆ ਦੀ ਇੱਕ ਮੈਂਟੈਲਿਟੀ ਹੁੰਦੀ ਹੈ ਬੱਚਾ ਸੇਫ ਹੈ ਅਨਸੇਫ ਹੈ ਕਿ ਆਪ ਜਾ ਕੇ ਤੁਸੀਂ ਬੱਚੇ ਨੂੰ ਦੇਖੋ ਕਿਹੋ ਜਿਹੀ ਕੰਟਰੀ 'ਚ ਬੱਚਾ ਗਿਆ ਕਿੰਨੀ ਸਾਫ਼ ਸੁਥਰੀ ਕੰਟਰੀ ਹੈ 100% ਸਿਕਿਓਰਡ ਕੰਟਰੀ ਔਰ ਬੱਚੇ ਨੂੰ ਵੀ ਉਸ ਟਾਈਮ ਜਿਹੜਾ ਇੱਕ ਮਾਂ ਬਾਪ ਦੀ ਕਮੀ ਫੀਲ ਹੁੰਦੀ ਹੈ 1 ਮਹੀਨੇ 2 ਮਹੀਨੇ ਦੇ ਅੰਦਰ ਜਾਂ 3 ਮਹੀਨੇ 4 ਮਹੀਨੇ ਦੇ ਅੰਦਰ ਉਹ ਜਾ ਕੇ ਬੱਚੇ ਫੰਡ ਕਿੰਨੇ ਚਾਹੀਦੇ ਇੱਥੇ ਮਾਂ ਪਿਓ ਨੂੰ ਖਾਤੇ ਦੇ ਵਿੱਚ ਜਾਂ ਕੋਈ ਵੱਡੀ ਸ਼ਰਤ ਜਿਹੜੀ ਤਿਆਰ ਕਰ ਲੈਣ ਬੱਚੇ ਮਾਂ ਪਿਓ ਮਾਂ ਪਿਓ ਦੀ ਐਡੀ ਕੋਈ ਵੱਡੀ ਸ਼ਰਤਾਂ ਨਹੀਂ ਹੈ ਕਿ 15 ਲੱਖ 20 ਲੱਖ ਹੋਣ ਉਹ 5-7-10 ਲੱਖ ਹੋਣ ਫਿਰ ਵੀ ਜਾ ਸਕਦੇ ਲੇਕਿਨ ਇਹ ਅੰਬੈਸੀ ਦੇ ਉੱਪਰ ਹੁੰਦਾ ਉਹਨਾਂ ਦਾ ਪ੍ਰੋਫਾਈਲ ਦੇਖਣਾ ਕਿਉਂਕਿ ਸਲਾਨਾ ਇਨਕਮ ਕਿੰਨੀ ਹੈ ਇਹ ਉਹਨਾਂ ਦੇ ਬੱਚੇ ਕਿੰਨੇ ਹੈ ਦੇਖੋ ਇੱਕ ਟੂਰਿਸਟ ਵੀਜ਼ਾ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਸ਼ੋਅ ਕਰਨਾ ਕਿ ਅਸੀਂ ਵਾਪਸ ਜ਼ਰੂਰ ਆਉਣਾ ਜਦੋਂ ਸੋਸ਼ਲ ਟਾਈਜ਼ ਕੀ ਨੇ ਪ੍ਰੋਪਰਟੀਜ਼ ਜਦੋਂ ਵਾਪਸ ਆਉਣਾ ਤੁਹਾਡੇ ਕੋਲ ਇੱਕ ਪ੍ਰੋਪਰ ਹੋਣਾ ਚਾਹੀਦਾ ਲੇਕਿਨ ਜਦ ਬੱਚਾ ਉੱਥੇ ਪੜ੍ਹ ਰਿਹਾ ਨੈਚੁਰਲ ਹੈ ਕਿ ਅੰਬੈਸੀ ਇਸ ਨੂੰ ਬਹੁਤ ਪਲੱਸ ਪੁਆਇੰਟ ਦੇਖਦੀ ਹੈ ਮੇਰੇ ਖਿਆਲ ਸਾਡਾ ਅੱਜ ਤੱਕ ਕੋਈ ਵੀਜ਼ਾ ਇਸ ਬੇਸ ਤੇ ਰਿਜੈਕਟ ਵੀ ਨਹੀਂ ਹੋਇਆ ਹੈਗਾ ਜੀ ਹੁਣ ਅਸੀਂ ਗੱਲਬਾਤ ਕਰਾਂਗੇ ਉਹਨਾਂ ਵਿਦਿਆਰਥੀਆਂ ਦੀ ਜਿਨ੍ਹਾਂ ਦੇ ਨੈਵੀਗੇਟਰਸ ਤੋਂ ਵੀਜ਼ਾ ਲੱਗੇ ਨੇ ਵੀਜ਼ਾਸ ਤੋਂ ਬਾਅਦ ਅਸੀਂ ਆਸਟ੍ਰੇਲੀਆ ਬਾਰੇ ਸਪੈਸੀਫਿਕ ਕਿਉਂਕਿ ਨੈਵੀਗੇਟਰ ਦੇ ਕਾਫੀ ਟਾਈ ਅਪਸ ਨੇ ਉੱਥੇ ਕਾਫੀ ਕੁ ਬੱਚੇ ਕਨਫਿਊਜ਼ ਨੇ ਐਡਮਿਸ਼ਨਸ ਲੈਣ ਨੂੰ ਅਸੀਂ ਹਰ ਸ਼ੋਅ ਦੇ ਵਿੱਚ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਰੇਡੀਓ ਟੀ ਵੀ ਅਖਬਾਰ ਦੇ ਵਿੱਚ ਮੈਗਜ਼ੀਨਾਂ ਦੇ ਵਿੱਚ ਬਹੁਤ ਸਾਰੀ ਐਡ ਆ ਰਹੀ ਹੈ ਆਸਟ੍ਰੇਲੀਆ ਚੱਲੋ ਉਹ ਲੋਕ ਐਡ ਲਾ ਰਹੇ ਨੇ ਜਿਹੜੇ ਆਪ ਕਦੇ ਆਸਟ੍ਰੇਲੀਆ ਨਹੀਂ ਗਏ ਕਦੇ ਬੱਚੇ ਨਹੀਂ ਉਹਨਾਂ ਦੇ ਗਏ ਸੋ ਇਸ ਚੀਜ਼ ਤੋਂ ਅਸੀਂ ਤੁਹਾਨੂੰ ਬਚਾਉਣਾ ਚਾਹੁੰਦੇ ਕਿ ਸਾਡੇ ਕੋਲ ਤਕਰੀਬਨ 4 ਕੰਪਨੀਆਂ ਆਸਟ੍ਰੇਲੀਆ ਦੀ ਉਹ ਆਉਂਦੀਆਂ ਜਿਹੜੀਆਂ 20-18 ਸਾਲ ਤੋਂ ਕੰਮ ਕਰ ਰਹੀ ਨੇ ਅੱਜ ਅਸੀਂ ਨੈਵੀਗੇਟਰ ਬਾਰੇ ਜਾਣਾਂਗੇ ਪਰ ਇੱਕ ਛੋਟੇ ਜਿਹੇ ਬੱਚੇ ਦੀਆਂ ਬਾਇਟਸ ਤੋਂ ਬਾਅਦ And I completed my plus 2 from CBSE board with commerce. I have to continue with office administration course which is not available in India and I have to go to Canada for this. My sister recommended Navigator overseas for this as she got her student visa in first attempt only. And so I went to them. They recommended me some college and I one of the best colleges was Parkland College and they applied for me and they helped me a lot in it. Miss Aditi ma'am helped me in preparation of visa interview
and then in some days only my visa, I got my visa and I'm going to abroad in next few days. I suggest all students to visit here if they want to go to abroad. My name is Manpreet Kaur Jahar. I belong to District Mansa. I have done my graduation from Guru Angad Dev Veterinary and Animal Science University, and in the field of fishery science I got 75% marks. And for my higher study I chose to go abroad. One of my friends recommended me to apply my visa application to Navigator Overseas, and I did my IELTS exam in 2016 in February, and I got 6.5 rank score, not less than 6 in each. And here I met Deepika ma'am. She is very nice, and through her I came to know various options for my study, and I chose one of my most suitable options, that is wildlife and fisheries management program. And now I am very happy as I got my visa within 2 months. All the staff members are very cooperative and very nice. They handle every student in very nice way. My name is Vishal Pradhania. Basically, I am from Himachal Pradesh, and I scored 5.5 band. And I have applied for New Zealand for my study visa from Navigators. And I had 2 years gap, but Navigators officials still worked hard. And so finally, I got visa from New Zealand. And my college name is Eden College. It's a government college. It is located at Auckland, 15 Heritage State. Now I am going for Adelaide College. Now I can shape up my dreams. Thankful for all Navigators team. ਸੋ ਇਹ ਬਾਈਟਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਗੱਲਬਾਤ ਦਾ ਰਾਬਤਾ ਜਿਹੜਾ ਸ਼ੁਰੂ ਕਰਾਂਗੇ ਮੈਡਮ। ਇਸ ਵਕਤ ਜਿਵੇਂ ਮੈਂ ਭੂਮਿਕਾ 'ਚ ਪਹਿਲਾਂ ਜ਼ਿਕਰ ਕੀਤਾ ਕਿ ਬੱਚਿਆਂ ਨੂੰ ਅੱਜ ਆਸਟ੍ਰੇਲੀਆ ਜਾਣ ਦੀ ਐਪਲੀਕੇਸ਼ਨ ਖੋਲ੍ਹੇ ਕਹੂੰਗਾ ਮੈਂ ਤਾਂ, ਇੱਕ ਬੱਚੇ ਦੇ ਹੱਥੋਂ ਖੋਹ ਕੇ ਆਪਣੇ ਦਫ਼ਤਰ ਜਾ ਕੇ ਅਪਲਾਈ ਕਰਨਾ, 20-30 ਹਜ਼ਾਰ ਰੁਪਇਆ ਪ੍ਰੋਸੈਸਿੰਗ ਫੀਸ ਖਾਣ ਦਾ ਪੰਜਾਬ 'ਚ ਬਹੁਤ ਰਿਵਾਜ਼ ਚੱਲਿਆ ਹੈ। ਇੱਕ ਬੱਚਾ ਆਪਣਾ ਵੀਜ਼ਾ ਕਿਵੇਂ ਸਕਸੈਸ ਕਰਾਵੇ ਆਸਟ੍ਰੇਲੀਆ ਦਾ, ਕਿਵੇਂ ਪਹੁੰਚ ਪਾਏ ਸਹੀ ਢੰਗ ਨਾਲ? ਦੇਖੋ ਰਣਵੀਰ ਜੀ, ਮੈਂ ਦੱਸੂੰਗੀ ਕਿ ਬੱਚੇ ਦੇ 6 ਬੈਂਡ ਹੋਣ, ਪਰਸੈਂਟੇਜ ਠੀਕ ਹੋਏ, 60% ਐਂਡ ਅਬਵ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਦੇ ਲੈਣ ਦੀ। 55% ਵਾਲਾ ਬੱਚਾ ਵੀ ਅਪਲਾਈ ਕਰ ਸਕਦਾ ਹੈ, ਲੇਕਿਨ ਜਿਹੜਾ ਜ਼ਿਆਦਾ ਸਕਸੈਸਫੁਲ ਬੱਚਾ, ਜਿੰਨਾ ਅੱਛਾ ਰਿਕਾਰਡ ਹੈ ਉਨੀ ਅੱਛੀ ਐਪਲੀਕੇਸ਼ਨ ਹੈ, ਕਿਉਂਕਿ ਹਾਇਰ ਐਜੂਕੇਸ਼ਨ ਦਾ ਵੀਜ਼ਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਵੋਕੇਸ਼ਨਲ ਤੋਂ। ਹਾਇਰ ਐਜੂਕੇਸ਼ਨ ਦਾ ਮਤਲਬ ਹੈ ਯੂਨੀਵਰਸਿਟੀ ਪ੍ਰੋਗਰਾਮਸ ਦਾ। ਹੁਣ ਯੂਨੀਵਰਸਿਟੀ ਪ੍ਰੋਗਰਾਮਸ ਵੀ ਜਿਹੜੇ ਆ ਕਾਫੀ ਸਾਰੇ, ਕੱਲ੍ਹ ਵੀ ਸੈਮੀਨਾਰ ਸੀਗਾ ਸਾਡੇ ਆਫਿਸ ਦੇ ਵਿੱਚ, ਔਰ ਪਰਸੋਂ ਵੀ ਸੀਗਾ। ਪਰਸੋਂ ਵੈਸਟਰਨ ਆਸਟ੍ਰੇਲੀਆ ਦੀ ਯੂਨੀਵਰਸਿਟੀਆਂ ਸੀਗੀ, ਕੱਲ੍ਹ ਆਲ ਓਵਰ ਵਿਕਟੋਰੀਆ ਜਾਂ ਨਿਊ ਸਾਊਥ ਵੇਲਸ ਜਾਂ ਕੁਈਨਜ਼ਲੈਂਡ ਤੋਂ ਯੂਨੀਵਰਸਿਟੀਆਂ ਆਈ ਹੋਈਆਂ ਸੀਗੀਆਂ। ਹਰ ਯੂਨੀਵਰਸਿਟੀ ਇਸ ਟਾਈਮ ਬੱਚੇ ਦਾ ਮੈਕਸੀਮਮ 70% ਯੂਨੀਵਰਸਿਟੀਜ਼ ਬੱਚੇ ਦਾ ਇੰਟਰਵਿਊ ਲੈਂਦੀਆਂ, ਜੀ ਟੀ ਜਿਹਨੂੰ ਕਹਿ ਦਿੰਦੇ ਆ। ਉਹਦਾ ਮਤਲਬ ਕੀ ਆ, ਬੱਚੇ ਦੀ ਅਕੈਡਮਿਕ ਰਿਪੋਰਟ, ਬੱਚੇ ਦਾ ਫਾਈਨੈਂਸ਼ੀਅਲ ਜਾਂਦੇ ਆ, ਉਹਦੇ ਬਾਅਦ ਸਟੇਟਮੈਂਟ ਆਫ ਪਰਪਸ ਕਿੰਨਾ ਅੱਛਾ ਲਿਖਿਆ ਹੈ, ਦੈਟ ਮੀਨਸ ਬੱਚੇ ਨੇ ਰਿਸਰਚ ਕਿੰਨੀ ਕੀਤੀ ਹੈ ਆਸਟ੍ਰੇਲੀਆ ਦੇ ਵਿੱਚ। ਜੇ ਬੱਚਾ ਮਾਰ ਖਾ ਰਿਹਾ, ਕੋਈ ਵੀ ਬੱਚਾ ਮਾਰ ਖਾ ਰਿਹਾ, ਉਹ ਖਾਲੀ ਰਿਸਰਚ 'ਤੇ ਮਾਰ ਖਾ ਰਿਹਾ। ਇਸ ਟਾਈਮ ਜਿਹੜੀ ਅੱਛੀ ਕੰਸਲਟੈਂਸੀ ਹੈ, ਬਾਰ ਬਾਰ ਮੈਂ ਇਹ ਵਰਡ ਮੈਂ ਰਿਪੀਟ ਕਰੂੰਗੀ, ਜਿਹੜੇ ਬਹੁਤ ਮੰਨੇ ਹੋਏ ਕੰਸਲਟੈਂਟ ਹੈ, ਜਿੱਦਾਂ ਸਾਡੀ ਕੰਪਨੀ ਨੈਵੀਗੇਟਰਸ 18 ਸਾਲ ਹੋ ਗਏ ਕੰਮ ਕਰਦੇ, ਅੱਜ ਦੇ ਦਿਨ ਸਾਨੂੰ ਆਸਟ੍ਰੇਲੀਆ ਦੇ ਵਾਸਤੇ ਬੱਚੇ ਦਾ ਕੰਮ ਜ਼ਿਆਦਾ ਕਰਨਾ ਪੈਂਦਾ ਹੈ। ਇੰਨਾ ਸੌਖਾ ਨਹੀਂ ਰਹਿ ਗਿਆ, ਬੱਚੇ ਦੇ ਡਾਕੂਮੈਂਟਸ ਲੈਣਾ, ਬੱਚੇ ਦੀ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਾਉਣੀ, ਬੱਚੇ ਦਾ SOP ਦੇ ਵਾਸਤੇ ਉਹਨੂੰ ਗਾਈਡ ਕਰਨਾ, ਕਿਉਂਕਿ ਆਫਟਰ ਆਲ ਬਣਾਉਣਾ ਬੱਚੇ ਨੇ ਹੈ। ਹਾਂ, ਰੀਜ਼ਨ ਕਿ ਉਹਨੇ ਕਿੰਨੀ ਰਿਸਰਚ ਕੀਤੀ ਹੈ, ਜਦ ਯੂਨੀਵਰਸਿਟੀ ਤੋਂ ਇੰਟਰਵਿਊ ਹੁੰਦਾ ਹੈ ਉਹਦੇ ਵਿੱਚ ਬੱਚੇ ਦੀ ਇੰਟਰਵਿਊ ਹੁੰਦੀ ਹੈ, ਉਹਦੇ ਵਿੱਚ ਕੰਸਲਟੈਂਟ ਦੀ ਇੰਟਰਵਿਊ ਨਹੀਂ ਹੁੰਦੀ ਹੈ, ਉਹਦੇ ਵਿੱਚ ਐਫਰਟ ਬਹੁਤ ਜ਼ਿਆਦਾ ਲੱਗ ਰਿਹਾ। ਇਸ ਕਰਕੇ ਕੋਈ ਵੀ ਜਿਹੜਾ ਬੱਚਾ ਜਿਹਦੀ ਆਰਟਸ ਦੇ ਵਿੱਚ, ਆਰਟਸ ਦੇ ਵਿੱਚ ਵੀ ਤੁਸੀਂ ਦੇਖੋ, ਜੇ ਬੱਚੇ ਨੇ ਇਕਨੋਮਿਕਸ ਲਿੱਤੀ ਹੋਈ ਹੈ, ਸਾਈਕੋਲੋਜੀ, ਉਹ ਅੱਛੇ ਸਬਜੈਕਟ ਹੈ। ਜੇ ਹੋਮ ਸਾਇੰਸ ਲੈ ਲਈ ਹੈ, 2 ਸਬਜੈਕਟ ਪੰਜਾਬੀ ਦੇ ਰੱਖ ਲਏ, ਮਿਊਜ਼ਿਕ, ਇੱਦਾਂ ਦੇ ਸਬਜੈਕਟਸ ਦੇ ਵਿੱਚ ਅਸੀਂ ਅਵੋਇਡ ਕਰ ਰਹੇ ਹਾਂ, ਕੋਈ ਵੀ ਬੰਦਾ ਅਵੋਇਡ ਕਰੇਗਾ ਉਹ ਬਹੁਤ ਜ਼ਿਆਦਾ ਰਿਜੈਕਸ਼ਨ ਦੀ ਤਰਫ ਕੇਸ ਜਾ ਰਿਹਾ। ਇਸ ਕਰਕੇ ਜਿਹੜੇ ਅੱਛੇ ਬੱਚੇ ਆ, ਹਾਂ ਜਿਹੜੇ ਬੱਚੇ ਲੱਗਦਾ ਕਿ ਹਜੇ +2 ਦਾ ਰਿਜ਼ਲਟ ਆ, ਹੁਣ ਇਗਜ਼ਾਮ ਖਤਮ ਹੀ ਹੋਏ ਆ, ਉਹ ਬੱਚੇ, ਉਹਨਾਂ ਦੇ ਵਾਸਤੇ ਅਸੀਂ ਬਹੁਤ ਅੱਛਾ ਪ੍ਰੋਗਰਾਮ ਕੱਢਿਆ ਹੈ AUPP ਦੇ ਨਾਮ ਤੋਂ, ਅਬਰੋਡ ਯੂਨੀਫਾਈਡ ਪਾਥਵੇ ਪ੍ਰੋਗਰਾਮ। ਬੱਚਾ ਆਇਲਟਸ ਕਰੇਗਾ, ਮੇਰੇ ਖਿਆਲ 3 ਮੰਥਸ ਦਾ ਟਾਈਮ ਲੱਗੇਗਾ, ਔਰ ਬੱਚੇ ਦੇ ਜਿਹੜੇ ਫੰਡ ਪੁਰਾਣੇ ਆ ਉਹ ਵੀ 3 ਮਹੀਨੇ ਪੁਰਾਣੇ ਚਾਹੀਦੇ। ਦੈਟ ਮੀਨਸ ਬੱਚਾ ਜੇ ਅਰੇਂਜ ਕਰ ਰਿਹਾ 17-18 ਲੱਖ ਰੁਪਏ ਉਹਨੇ ਰੱਖਣਾ,
बैंक दे विच अकाउंट दे विच ते ओह जिहड़ा अरेंज करेगा कोई फसल सेल हुई है या जो भी होया उन्नू आंदे वी उह 3 महीने पुराने बच्चे नू फंड चाहिए। दैट मीनस सारा सैटअप करदे करदे बच्चे नू 4-5-6 महीने निकल जाते हैं, वह गैप क्रिएट हो जाता है। उहदे विच असीं प्रोग्राम लैके आए हैं जिहदे विच बच्चा 10 महीने इत्थे पढ़ेगा, नैविगेटर इंस्टीट्यूट च पढ़ेगा। उहदा कंटेंट आस्ट्रेलियन है, आस्ट्रेलियन कंटेंट है। हर महीने एक सब्जेक्ट पढ़ेगा, आइल्स विच फ्री उन्नू पढ़ाई जाएगी उस मॉड्यूल्स दे विच। और 10 महीने दे बाद बच्चा जब उत्थे अप्लाई करेगा सीधा डायरेक्ट सेकंड ईयर च अप्लाई करेगा। दैट मीनस असीं बच्चे का 1 साल का खर्चा बचाता, फीस भी बच गई, आइल्स भी होगी, फंड भी मेंटेन हो गए, वीजा इहदा 100% दी तरफ जाएगा क्योंकि इहदे विच जिहड़ी मिनिमम क्राइटेरिया बच्चे का लैण दा 55% है। स्टूडेंट्स भी जिद्दां मैं दस्सिया म्यूजिक व्यूजिक वाले असीं नहीं लै रहे, अच्छे सब जिहड़े स्टूडेंट्स है आइल्स दी असीं गारंटी देवांगे 6 बैंड, क्योंकि जब तक बच्चा वो कोर्स कर रहा है 10 महीने साढ़े कोल है, असीं उन्नू 4 महीने च तैयारी कराईए 5, क्योंकि बच्चा एक्सट्रा तो कोई पे नहीं कर रहा, तो उहदे विच भी असीं गारंटी लै रहे हैं। जब बच्चे दे थोड़ी जी भी प्रॉब्लम है इस प्रोग्राम दे थ्रू जा सकदे, और अदरवाइज जब बच्चा डायरेक्ट एलिजिबल है उहदी परसेंटेज बहुत अच्छी है, आइल्स वो कर सकदा। सो प्रोग्राम नूं अग्गे नहीं वधा पावांगे, प्रोग्राम बहुत अच्छा हैगा, 10 महीने तुसीं इत्थे पढ़ सकदे हो, फंड अपने तैयार कर सकदे हो, आइल्स तैयार कर सकदे हो, क्रेडिट भी मिलणगे जी बच्चे नूं, टोटल 1 ईयर क्रेडिट मिल जाना है, फीस घट जानी है। सो इस प्रोग्राम संबंधी जे तुहाडी केस आस्ट्रेलिया जाण दा वीक है तां नेविगेटर वीना जी नाल तों एक वारी असैसमेंट करा लो कि किन्ने बेनीफिट्स तुहानूं आस्ट्रेलिया दे होणगे। वधेरे जानकारी नंबरां दे उपर कॉन्टैक्ट कर सकदे हो। अज दा शो इत्थे खत्म कर रहे हैं, धन्नवाद, सत श्री अकाल।